ਸਰ ਇਹ 6 ਤਰੀਕ ਨੂੰ ਰਾਤੀ ਵੀਰਵਾਰ ਚੋਰੀ ਹੋਈ ਹੈ ਸਾਡੀ ਇੱਥੇ ਪਿੰਡ ਲਿਟਾ ਭਲੱਥ ਰੋਡ 'ਤੇ ਫੈਕਟਰੀ ਹੈਗੀ ਹੈ ਓਮ ਨਵਕਾਰ ਸੀਮੈਂਟ ਪਾਈ ਫੈਕਟਰੀ। ਮੈਂ ਅਮਨੀਸ਼ ਕੁਮਾਰ ਅਤੇ ਮੇਰਾ ਭਾਈਵਾਲ ਹੈਗਾ ਗੌਰਵ ਜੈਨ। ਅਸੀਂ ਇਹ ਦੋਵਾਂ ਫੈਕਟਰੀ ਅਤੇ ਦੋਵਾਂ ਜਾਣੇ ਪਿਛਲੇ 12 ਸਾਲ ਤੋਂ ਇਹ ਫੈਕਟਰੀ ਚਲਾ ਰਹੇ ਹਾਂ। ਪਰਸੋਂ ਰਾਤੀ ਵੀਰਵਾਰ ਨੂੰ ਇੱਕ ਟੈਂਪੂ ਆਉਂਦਾ ਅਤੇ ਇੱਥੋਂ ਰਿੰਗ ਚੋਰੀ ਕੀਤੇ ਜਾਂਦੇ ਨੇ। ਦੇਖ ਦੇ ਰਿੰਗ ਨੇ ਇਹ ਇਸ ਤਰ੍ਹਾਂ ਦੇ ਹੈਗੇ ਨੇ ਜੀ। ਇਹ 34 ਰਿੰਗ ਚੋਰੀ ਕੀਤੇ ਗਏ ਨੇ ਇਹ ਵਾਲੇ ਇਹ ਸਾਈਜ਼ ਹੈਗੇ ਜੀ। ਨਾਲ ਇੱਕ ਟਰੈਕਟਰ ਦੀ ਬੈਟਰੀ ਗਈ ਹੈ, ਲਾਲ ਰੰਗ ਦੀ ਇੱਕ ਸਾਈਡ ਦੀ ਬੈਟਰੀ ਸੀਗੀ ਅਤੇ 10 ਤੋਂ 12 ਪੱਤੀਆਂ ਗਈਆਂ ਨੇ, ਚੈਨਲ ਗਏ ਨੇ, ਲੋਹੇ ਦਾ ਬਥੇਰਾ ਸਮਾਨ ਜਿਹੜਾ ਜੋ ਉਹਨਾਂ ਦੇ ਹੱਥ ਆ ਸਕਦਾ ਸੀਗਾ ਛੋਟਾ ਉਹ ਸਾਰਾ ਸਮਾਨ ਉਹ ਚੋਰੀ ਕਰਕੇ ਲੈ ਗਏ। ਇਸ ਤੋਂ ਇੱਕ ਹਫ਼ਤੇ ਪਹਿਲੇ 31 ਤਰੀਕ ਨੂੰ ਵੀ ਸਾਡੇ ਚੋਰੀ ਹੋਈ ਸੀਗੀ, ਬਟ ਉਸ ਵੇਲੇ ਸਾਡੇ ਦਫ਼ਤਰ ਵਿੱਚ ਚੋਰੀ ਹੋਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਕੈਬਿਨ ਦਾ ਲੌਕ ਤੋੜ ਕੇ ਅੰਦਰ ਏਸੀ ਜਿਹੜਾ ਸੈਮਸੰਗ ਦਾ ਵਿੰਡੋ ਏਸੀ ਸੀਗਾ, ਨਾਲ ਇਨਵਰਟਰ, ਬੈਟਰੀ, DVR ਜਿਹੜਾ ਕੈਮਰੇ ਦਾ DVR ਕੱਢ ਗਏ ਸੀਗੇ ਅਤੇ ਇੱਕ ਕਿਊਬਿਕ ਮਸ਼ੀਨ ਸੀਗੀ ਨੀਲੇ ਰੰਗ ਦੀ ਉਹ ਲੈ ਗਏ ਸੀਗੇ। ਇਹਦੀ ਫਿਰ ਅਸੀਂ ਦਰਖਾਸਤ ਪਾਈ ਸੀਗੀ ਥਾਣਾ ਭਲੱਥ SHO ਸਾਹਿਬ ਨੂੰ ਅਤੇ ਉਹਨਾਂ ਨੇ ਉਸ 'ਤੇ ਤਾਂ ਚਲੋ ਕੋਈ ਕਾਰਵਾਈ ਕੀਤੀ ਨਹੀਂ। ਇਹ ਪਰਸੋਂ ਜਦੋਂ ਚੋਰੀ ਹੋਈ ਹੈ ਇਸ 'ਤੇ ਅਸੀਂ ਫਿਰ ਦੁਬਾਰਾ ਹੁਣ ਦਰਖਾਸਤ ਪਾਈ ਹੈ ਕਿ ਇਹ ਮਾਮਲੇ ਨੂੰ ਹੁਣ ਦੇਖਿਆ ਜਾਏ ਅਤੇ ਕੋਈ ਸਾਡੀ ਮਦਦ ਕੀਤੀ ਜਾਵੇ। DVR ਚੋਰੀ ਹੋਇਆ, ਤੁਸੀਂ ਬਾਅਦ 'ਚ DVR ਲਗਵਾਇਆ ਕਿ ਨਹੀਂ ਹਾਲ ਤੱਕ? ਮੈਂ DVR ਪਿਛਲੇ ਹਫ਼ਤੇ ਜਦੋਂ ਚੋਰੀ ਹੋਇਆ ਉਸ ਤੋਂ ਜਦੋਂ ਮੈਂ ਦੇਖੀ ਹੈ ਚੋਰੀ, ਫਿਰ ਸਾਡੇ ਤਾਂ ਇੱਥੇ ਜ਼ਰੂਰੀ ਹੈਗਾ ਕੈਮਰੇ ਲਗਵਾਉਣਾ ਅਤੇ ਮੈਂ DVR ਅਤੇ ਉਹਦਾ ਰੂਟਰ ਮੈਂ ਦੁਬਾਰਾ ਲਗਵਾਇਆ। ਉਹ ਇਸ ਵਾਰ ਵੀ ਆਏ, ਇਸ ਵਾਰ ਉਹਨਾਂ ਨੇ ਤਾਂ ਸਾਡੇ ਸ਼ੀਸ਼ਾ ਹੀ ਤੋੜਤਾ ਉਹ DVR ਚੱਕਣ ਦੇ, ਕਿਉਂਕਿ ਦਫ਼ਤਰ ਤਾਂ ਹੁਣ ਖਾਲੀ ਹੋ ਗਿਆ ਸੀਗਾ। ਹੁਣ ਉਹ ਉਹਨਾਂ ਦੇ ਲਈ ਸਬੂਤ ਫਿਰ ਉਹ DVR ਹੀ ਸੀਗਾ, ਉਹ ਫਿਰ ਦੁਬਾਰਾ ਉਸੇ ਜਗ੍ਹਾ 'ਤੇ ਉਹਨਾਂ ਨੇ DVR ਅਤੇ ਉਹ ਰੂਟਰ ਚੱਕਿਆ ਅਤੇ ਉੱਥੇ ਵੀ ਹੋਰ ਸਾਰਾ ਤਹਿਸ ਨਹਿਸ ਕਰਕੇ ਉੱਥੇ ਵੀ ਜੋ ਬਚਿਆ ਖੁਚਿਆ ਲੋਹਾ ਸੀਗਾ ਉਹ ਵੀ ਚੱਕ ਕੇ ਲੈ ਗਏ। ਕੁੱਲ ਕਿੰਨਾ ਨੁਕਸਾਨ ਮੰਨਦੇ ਹੋ? ਭਾਜੀ 4 ਤੋਂ 5 ਲੱਖ ਦੇ ਕਰੀਬ ਨੁਕਸਾਨ ਹੋ ਚੁੱਕਾ ਹੋਇਆ ਸਾਡਾ। ਹੁਣ ਤੱਕ ਕੋਈ ਪੁਲਿਸ ਕਾਰਵਾਈ, ਕੋਈ ਭਰੋਸਾ ਵੀ, ਕੋਈ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ? ਦੇਖੋ ਜੀ, ਪਹਿਲੀ ਦਰਖਾਸਤ 'ਤੇ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਦਰਖਾਸਤ ਵੀ ਪਾਈ ਹੋਈ ਹੈ। ਇਹ ਤਾਂ ਕੱਲ੍ਹ ਜਦੋਂ ਮੈਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਜੀ ਮੈਂ ਪਹਿਲੀ ਦਰਖਾਸਤ ਕੀਤੀ, ਹੁਣ ਮੇਰੇ ਦੁਬਾਰਾ ਚੋਰੀ ਹੋ ਗਈ ਹੈ ਅਤੇ ਇਹਦਾ ਕੋਈ ਐਕਸ਼ਨ ਲਿੱਤਾ ਜਾਵੇ, ਅਤੇ ਉਹਦੇ ਵਿੱਚ ਉਹ ਸ਼ਾਇਦ ਹਰਕਤ ਵਿੱਚ ਆਏ ਨੇ ਅਤੇ ਉਹਨਾਂ ਨੇ ਥੋੜ੍ਹੀ ਤਫਤੀਸ਼ ਕੀਤੀ ਸੀ ਕੱਲ੍ਹ ਸ਼ਾਮੀ। ਬਾਕੀ ਅੱਗੇ ਤਾਂ ਉਹ ਹੀ ਜਾਣਦੇ ਨੇ। ਕੋਈ ਕੈਮਰੇ ਦੇਖੇ ਕਿਤੇ ਆਸ ਪਾਸ ਕੋਈ? ਜੀ ਮੈਂ ਹੀ ਦੇਖੇ ਸੀ ਕਿ ਇੱਥੇ ਪੀਰਾਂ ਦੇ ਕੋਲ, ਇੱਥੇ ਖੱਸਨ ਪਿੰਡ ਦੇ ਕੋਲ ਕੈਮਰੇ ਲੱਗੇ ਹੋਏ ਨੇ, ਉਹ ਮੈਂ ਉਹਨਾਂ ਨਾਲ ਹੀ ਗਿਆ ਸੀਗਾ ਅਤੇ ਬਸ ਉੱਥੇ ਤੱਕ ਪਤਾ ਲੱਗਿਆ ਸੀਗਾ ਕਿ ਇੱਕ ਟੈਂਪੂ ਆਇਆ ਸਫੇਦ ਰੰਗ ਦਾ, ਜਿਹੜਾ ਰਾਤੀ ਚਿੱਟੇ ਰੰਗ ਦਾ ਟੈਂਪੂ ਆ ਕੇ 12:30 ਵਜੇ ਆਇਆ ਅਤੇ 1:15 ਦੇ ਵਿੱਚ ਉਹ ਚਲਾ ਗਿਆ ਸੀਗਾ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਸਰ ਅਸੀਂ ਤਾਂ ਸਿਰਫ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਇਹ ਜਿੰਨਾ ਸਮਾਨ ਹੈਗਾ ਜਿਹੜਾ ਚੋਰੀ ਕੀਤਾ ਗਿਆ ਇਹ ਵਾਪਸ ਦਵਾਇਆ ਜਾਵੇ ਅਤੇ ਕੋਈ ਐਕਸ਼ਨ ਲਿੱਤਾ ਜਾਵੇ, ਕਿਉਂਕਿ ਇਹ ਚੋਰ ਹੁਣ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਗਈ ਹੈ। ਇੱਦਾਂ ਆਪਾਂ ਕੋਈ ਇੱਥੇ ਭਲਾ ਬੰਦਾ ਬਦਲ ਕੰਮ ਕਿੱਦਾਂ ਕਰੇਗਾ? ਉੱਪਰੋਂ ਮੇਰੀ ਲੋਕਾਂ ਨੂੰ ਵੀ ਅਰਜ਼ ਹੈਗੀ ਹੈ ਕਿ ਇਹ ਰਿੰਗ ਅਤੇ ਇਹ ਨੀਲੇ ਰੰਗ ਦੀ ਮਸ਼ੀਨ ਹੈਗੀ ਹੈ, ਜੇ ਕਿਤੇ ਵੀ ਕੋਈ ਕਬਾੜੀ ਆ ਕੋਈ ਵੀ ਕਿਤੇ ਵੀ ਇਹਨਾਂ ਨੂੰ ਦਿਖਦੀ ਹੈ, ਪਲੀਜ਼ ਸਾਡੇ ਨੂੰ ਸਾਨੂੰ ਸੰਪਰਕ ਕੀਤਾ ਜਾਵੇ। ਇਹ ਕਿਸੇ ਦੇ ਕੰਮ ਨਹੀਂ ਆਉਣੀ, ਇਹ ਸਿਰਫ ਇਹ ਪਾਈਪਾਂ ਬਣਾਉਣ ਦੇ ਅਤੇ ਮਸ਼ੀਨਾਂ ਦੇ ਵਿੱਚ ਹੀ ਸਫਿੱਟ ਹੁੰਦੀਆਂ ਨੇ, ਉੱਦਾਂ ਕਿਸੇ ਕੰਮ ਨਹੀਂ ਆਉਂਦੀ।